ਰਾਗਤ ਛੱਡੇ ਦੀ ਅਸੀਂ ਤਾਂ ਅਸੀਂ ਦੇਖ ਕੇ ਦੱਸੇ ਆ। ਧੱਕਾ ਮੁੱਕੀ ਕੀਤੀ ਜਾ ਰਹੀ ਹੈ ਮੁਲਾਜ਼ਮਾਂ ਨੂੰ, ਜਿਹੜੇ ਮੁਲਾਜ਼ਮ ਜਿਹੜੇ ਨੇ ਸਾਈਡ ਤੇ ਕਰਦੇ ਹੋਏ ਨਜ਼ਰ ਆ ਰਹੇ ਨੇ ਕਲੀਅਰ, ਜਿਹੜੇ ਰੋਡ ਕਲੀਅਰ ਕਰਦੇ ਹੋਏ ਨਜ਼ਰ ਆ ਰਹੇ ਨੇ। ਕਰਨ ਗ੍ਰਿਫਤਾਰ, ਆ ਜਾ ਰਾਗਮ ਛੱਡੇ, ਆ ਜਾ ਦਿਖਾਈਏ ਤੈਨੂੰ ਦੋ ਹੱਥ ਪੰਜਾਬੀਆਂ ਦੇ ਹੱਥ ਕੀ ਹੁੰਦੇ। ਆ ਜਾ ਬੈਠ ਕੇ ਤੂੰ ਛੱਡਿਆ ਬਣਦਾ ਆਪਣੇ ਆਪ ਨੂੰ ਵੱਡਾ ਲੀਡਰ, ਆ ਇੱਥੇ ਮੇਰੇ ਤੇ ਐਫ ਆਈ ਆਰ ਦਰਜ ਕਰਾਈ, ਤੇਰਾ ਦੇਖੀ ਮੈਂ ਬਣਾਉਣਾ ਫੋਨ ਕਰਾ ਕੇ ਦੇ। ਧੱਕਾ ਮੁੱਕੀ ਰਵਨੀਤ ਬਿੱਟੂ ਨੂੰ ਵੀ ਜਿਹੜਾ ਇੱਥੇ ਲੈ ਕੇ ਜਾਂਦੇ ਹੋਏ ਨਜ਼ਰ ਆ ਰਹੇ, ਦੇਖ ਸਕਦੇ ਹੋ ਲਾਈਵ ਤੁਸੀਂ ਜਾਂ ਰਵਨੀਤ ਬਿੱਟੂ ਜੀ ਨੂੰ ਜਿਹੜਾ ਸਰ ਕਿਸ ਤਰ੍ਹਾਂ ਦੇਖਦੇ ਹੋ ਸਰ ਅੱਜ ਜਿਹੜਾ ਬਿੱਟੂ ਸਾਹਿਬ ਕੀ ਕਹਿਣਾ ਚਾਹੋਗੇ ਸਰ? ਰਾਗਬ ਛੱਡੇ ਦੀ ਅਸੀਂ ਤਾਂ ਅਸੀਂ ਦੇਖ ਕੇ ਦੱਸੇ ਆ। ਅੱਜ ਗ੍ਰਿਫਤਾਰੀ ਦੇ ਲਈ ਚੈਨ ਵੀ ਲਾ ਲਈ ਹੈ। ਲਾਈਵ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ, ਦੇਖ ਸਕਦੇ ਹੋ ਕਿਸ ਤਰ੍ਹਾਂ ਜਿਹੜੇ ਧੱਕਾ ਮੁੱਕੀ ਕੀਤੀ ਜਾ ਰਹੀ ਹੈ ਮੁਲਾਜ਼ਮਾਂ ਨੂੰ, ਜਿਹੜੇ ਮੁਲਾਜ਼ਮ ਜਿਹੜੇ ਨੇ ਸਾਈਡ ਤੇ ਕਰਦੇ ਹੋਏ ਨਜ਼ਰ ਆ ਰਹੇ ਨੇ ਕਲੀਅਰ, ਜਿਹੜੇ ਰੋਡ ਕਲੀਅਰ ਕਰਦੇ ਹੋਏ ਨਜ਼ਰ ਆ ਰਹੇ ਨੇ। ਦੇਖ ਸਕਦੇ ਹੋ ਲਾਈਵ ਤਸਵੀਰਾਂ ਦੇ ਵਿੱਚ ਕਿਸ ਤਰ੍ਹਾਂ ਹਰੇਕ ਕਾਂਗਰਸੀ ਨੂੰ ਜਿਹੜਾ ਪੂਰਾ ਜਿਹੜਾ ਸਾਈਡ ਤੇ ਕਰਾਉਂਦੇ ਹੋਏ ਨਜ਼ਰ ਆ ਰਹੇ ਨੇ, ਬਿਲਕੁਲ ਜਿਹੜਾ ਪੈਸੇ ਜਿਹੜਾ ਸਾਫ਼ ਕਰਾ ਦਿੱਤਾ ਗਿਆ। ਅਤੇ ਅੱਜ ਜਿਹੜਾ ਰਵਨੀਤ ਸਿੰਘ ਬਿੱਟੂ ਵੱਲੋਂ ਅੱਜ ਜਿਹੜੀ ਹੈ ਗ੍ਰਿਫਤਾਰੀ ਦੇਣ ਲਈ ਕਿਹਾ ਗਿਆ ਸੀਗਾ, ਅਤੇ ਗ੍ਰਿਫਤਾਰੀ ਵੀ ਜਿਹੜੀ ਦੇ ਦਿੱਤੀ ਗਈ ਹੈ। ਲਾਈਵ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ, ਦੇਖ ਸਕਦੇ ਹੋ ਕਿ ਅੱਜ ਕਾਂਗਰਸ ਦੇ ਵੱਲੋਂ ਜਿਹੜਾ ਨਗਰ ਨਿਗਮ ਦੇ ਵਿੱਚ ਜਿਹੜਾ ਪਰਚਾ ਸੀਗਾ ਉਸ ਨੂੰ ਲੈ ਕੇ ਜਿਹੜੀ ਆ ਗ੍ਰਿਫਤਾਰੀ ਦੇਣੀ ਸੀਗੀ। ਹੁਣ ਕਰਨ ਗ੍ਰਿਫਤਾਰ, ਕਰਨ ਗ੍ਰਿਫਤਾਰੀ ਦੇ, ਹਿੰਮਤ ਆ ਜੇ, ਆ ਜਾ ਰਾਗਵ ਛੱਡੇ, ਆ ਜਾ ਦਿਖਾਈਏ ਤੈਨੂੰ ਦੋ ਹੱਥ ਪੰਜਾਬੀਆਂ ਦੇ ਹੱਥ ਕੀ ਹੁੰਦੇ। ਆ ਜਾ ਦਿੱਲੀ ਬੈਠ ਕੇ ਤੂੰ ਛੱਡਿਆ ਬਣਦਾ ਆਪਣੇ ਆਪ ਨੂੰ ਵੱਡਾ ਲੀਡਰ, ਆ ਇੱਥੇ ਤੂੰ ਮੇਰੇ ਤੇ ਐਫ ਆਈ ਆਰ ਦਰਜ ਕਰਾਈ, ਤੇਰਾ ਦੇਖੀ ਮੈਂ ਬਣਾਉਂਦਾ ਮੋਰ ਤੇਰਾ ਕਿਵੇਂ। ਯਾਦ ਰੱਖੀਏ ਗੱਲ, ਜੱਟ ਕਦੇ ਦੁਸ਼ਮਣੀ ਭੁੱਲਦਾ ਨਹੀਂ ਗਾ, ਪੰਜਾਬੀ ਕਦੇ ਦੁਸ਼ਮਣੀ ਭੁੱਲਦਾ ਨਹੀਂ, ਤੂੰ ਪਾਈ ਆ, ਤੂੰ ਮੇਰੇ ਤੇ ਐਫ ਆਈ ਆਰ ਦਰਜ ਕਰਾਈ ਧੱਕੇ ਨਾਲ, ਦੇਖੀ ਕਿਵੇਂ ਤੇਰਾ ਹਲਾਉਂਦਾ ਕੰਮ ਹੈ।